ਫਾਜ਼ਿਲਕਾ ਦੇ ਫਿਰੋਜ਼ਪੁਰ ਰੋਡ ਫਲਾਈਓਵਰ ਤੇ ਪਿਕਅਪ ਗੱਡੀਆਂ ਦੇ ਵਿਚਕਾਰ ਹੋਈ ਟੱਕਰ ਇੱਕ ਹੋਇਆ ਬੁਰੀ ਤਰ੍ਹਾਂ ਨਾਲ ਕਾਇਲ। ਫਾਜ਼ਿਲਕਾ ਦੇ ਫਿਰੋਜ਼ਪੁਰ ਰੋਡ ਤੇ ਅੱਜ ਰਾਤ ਕਰੀਬ 11 ਵਜੇ ਦੋ ਪਿਕਅਪ ਗੱਡੀਆਂ ਵਿਚਕਾਰ ਆਮਣੇ ਸਾਹਮਣੇ ਟੱਕਰ ਹੋ ਗਈ, ਜਿਸ ਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਨਾਲ ਕਾਇਲ ਹੋ ਗਿਆ, ਜਿਸ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਾਜ਼ਿਲਕਾ ਤੋਂ ਇਹ ਸਮਾਚਾਰ ਆ ਰਿਹਾ, ਫਾਜ਼ਿਲਕਾ ਦੇ ਵਿੱਚ ਰਾਤ ਕਰੀਬ 11 ਵਜੇ ਫਲਾਈਓਵਰ ਤੇ ਦੋ ਪਿਕਅਪ ਗੱਡੀਆਂ ਆਮਣੇ ਸਾਹਮਣੇ ਟਕਰਾ ਗਈਆਂ, ਜਿਸ ਦੇ ਵਿੱਚ ਇੱਕ ਵਿਅਕਤੀ ਕਾਇਲ ਹੋ ਗਿਆ। ਪਤਾ ਚੱਲਿਆ ਕਿ ਇੱਕ ਗੱਡੀ ਰੇਤੇ ਵਾਲੇ ਰੇੜੇ ਨੂੰ ਕ੍ਰੋਸ ਕਰ ਰਹੀ ਸੀ ਤਾਂ ਦੂਸਰੀ ਗੱਡੀ ਉਸ ਦੇ ਵਿੱਚ ਟਕਰਾ ਗਈ, ਜਿਸ ਦੇ ਚੱਲਦੇ ਇਹ ਹਾਦਸਾ ਹੋ ਗਿਆ। ਹਾਦਸੇ ਦੇ ਵਿੱਚ ਇੱਕ ਵਿਅਕਤੀ ਕਾਇਲ ਹੋ ਗਿਆ, ਜਿਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਤਾ ਚੱਲਿਆ ਕਿ ਪਿਕਅਪ ਦੇ ਵਿੱਚ 3 ਲੋਕ ਸਵਾਰ ਸਨ, ਜਿਨ੍ਹਾਂ ਦੇ ਵਿੱਚ 2 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹ ਠੀਕ ਦੱਸੇ ਜਾ ਰਹੇ ਹਨ। ਇਸ ਟਾਈਮ ਸਾਈਡ ਆ ਰਿਹਾ ਸੀ ਜੀ ਤੇ ਓਵਰਟੇਕ ਕਰਨ ਵਾਲਾ ਫਿਰੋਜ਼ਪੁਰ ਰੋਡ ਤੋਂ ਸੀ ਜਾਂ ਫਿਰੋਜ਼ਪੁਰ ਰੋਡ ਤੋਂ, ਮਤਲਬ ਉਹਨਾਂ ਦੀ ਗਲਤੀ ਕਰਕੇ ਜੋ ਹੋਇਆ, ਉਹਨਾਂ ਦੀ ਗਲਤੀ ਕਰਕੇ ਹੋਇਆ। ਬਸ ਇਹ ਆ ਮਨ ਦਾ ਭਾਣਾ, ਇਹ ਆ ਪਰਮਾਤਮਾ ਦਾ ਤੇ ਤਿੰਨੋਂ ਬੰਦੇ ਸੇਫ ਆ, ਤਿੰਨੋਂ ਬੰਦੇ ਬਚ ਗਏ ਆ, ਮੇਰੇ ਵੱਡੀ ਗੱਲ ਇਹ ਆ। ਤੁਹਾਡਾ ਜੀ ਮਨੋਜ ਜੀ, ਕਿੱਥੋਂ ਰਹਿਣ ਵਾਲੇ ਹੋ? ਅਬੋਹਰ। ਇਹ ਗੱਡੀ ਕਿੱਥੋਂ ਹੋਈ ਸੀ ਜੀ? ਅਬੋਹਰ ਜੀ। ਤੇ ਡਰਾਈਵਰ ਦਾ ਕੀ ਨਾਮ ਸੀਗਾ ਜੀ? ਸਰਵਨ। ਇਹ ਯੂਨੀਅਨ ਦੀ ਗੱਡੀ ਹੈ ਜਾਂ ਕੋਈ ਫਰੂਟ ਦੀ ਫਰਮ ਦੀ ਗੱਡੀ ਹੈ? ਯੂਨੀਅਨ ਯੂਨੀਅਨ ਦੀ ਗੱਡੀ ਹੈ।